ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿਚਾਰ ਪਾਣੀ ਦੇ ਵਿੱਚ। ਤਾਂ ਸਰ ਗੱਲ ਕਰ ਰਹੇ ਸੀ ਸਵਾਮੀਨਾਥਨ ਰਿਪੋਰਟ ਬਾਰੇ, ਭੂਮੀ ਸੁਧਾਰ ਸਿੰਚਾਈ, ਇਸ ਤੋਂ ਇਲਾਵਾ ਹੋਰ ਕੀ ਕੁਝ ਰੈਕਮੈਂਡੇਸ਼ਨ ਇਹਦੇ ਵਿੱਚ ਮੇਨ ਕੀਤੀ ਗਈ? ਬਹੁਤ ਲੰਬੀ ਲਿਸਟ ਹੈ, ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਕਿ 5 ਵੋਲਿਊਮ ਦੇ ਵਿੱਚ ਉਹ ਰੈਕਮੈਂਡੇਸ਼ਨਸ ਹੈਗੀਆਂ। ਬਾਈ ਐਂਡ ਲਾਰਜ ਮੈਨੂੰ ਲੱਗਦਾ ਕਿ ਜਿੰਨੀ ਅਸੀਂ ਇਹਦੀ ਮਸ਼ਹੂਰੀ ਕੀਤੀ ਆ ਕਮਿਸ਼ਨ ਦੀ, ਉਹ ਵੈਸੇ ਤਾਂ ਚੰਗੀਆਂ ਗੱਲਾਂ ਹੈਗੀਆਂ ਜੇ ਉਹਨਾਂ ਨੂੰ ਲਾਗੂ ਕੀਤੀਆਂ ਜਾਣ, ਪਰ ਜਿਵੇਂ ਸਾਡੀ ਵਰਲਡ ਬੈਂਕ ਦੀਆਂ ਜਾਂ IMF ਦੀਆਂ ਰੈਕਮੈਂਡੇਸ਼ਨ ਆ, ਜ਼ਿਆਦਾਤਰ ਉਹਨਾਂ ਦੀ ਟੋਨ ਐਂਡ ਟੈਨਰ ਜਿਹੜਾ ਨਾ ਰੈਕਮੈਂਡੇਸ਼ਨ ਦਾ ਉੱਧਰ ਨੂੰ ਜ਼ਿਆਦਾ ਆ। ਇਸ ਕਰਕੇ ਧਰਤੀ ਦੇ ਉੱਤੇ ਸਾਡੀਆਂ ਹਰ ਸੂਬੇ ਦੀਆਂ, ਹਰ ਸੂਬੇ 'ਚ ਅਲੱਗ ਅਲੱਗ ਏਰੀਏ ਦੀਆਂ ਕੀ ਮੁਸ਼ਕਲਾਤਾਂ ਹੈਗੀਆਂ, ਉਹਦੇ ਮੁਤਾਬਕ ਸਾਰੀਆਂ ਜਿਹੜੀਆਂ ਰੈਕਮੈਂਡੇਸ਼ਨ ਹੋਣ, ਜਿਹਨੂੰ ਟੌਪ ਡਾਊਨ ਅਪਰੋਚ ਨਾ ਹੋਵੇ, ਥੱਲਿਓਂ ਬੌਟਮ ਅਪ ਅਪਰੋਚ ਜਿਹਨੂੰ ਕਹਿੰਦੇ ਆ, ਕਿ ਥੱਲੇ ਦੀਆਂ ਲੋਕਾਂ ਹਰ ਏਰੀਏ ਦੀ, ਹਰ ਪਿੰਡ ਦੀ ਪ੍ਰੋਬਲਮ ਅਲੱਗ ਹੁੰਦੀ ਹੈ, ਉਹ ਸਾਰੀਆਂ ਜੇ ਉਸ ਕਿਸਮ ਦੀਆਂ ਰੈਕਮੈਂਡੇਸ਼ਨ ਹੁੰਦੀਆਂ ਤਾਂ ਉਹ ਜ਼ਿਆਦਾ ਇੰਪਲੀਮੈਂਟ ਕਰਨ ਵਾਲੀਆਂ ਵੀ ਹੁੰਦੀਆਂ ਔਰ ਜ਼ਿਆਦਾ ਉਹਦਾ ਇੱਕ ਫਾਇਦਾ ਵੀ ਕਿਸਾਨਾਂ ਨੂੰ ਹੁੰਦਾ। ਪਰ ਹੁਣ ਜਿਸ ਤਰ੍ਹਾਂ ਇਹਨਾਂ ਨੇ ਪ੍ਰੋਡਕਟਿਵਿਟੀ ਹੋਣੀ ਚਾਹੀਦੀ ਆ, ਹਾਂ ਸਾਰਿਆਂ ਨੂੰ ਲੱਗਦੀ ਆ, ਪਰ ਜਿਹੜੀ ਪਹਿਲਾਂ ਪ੍ਰੋਡਕਟਿਵਿਟੀ ਕੀਤੀ ਉਹਨੇ ਜਿਹੜੇ ਸਿਆਪੇ ਖੜੇ ਕੀਤੇ ਆ, ਉਹਦੇ ਬਾਰੇ ਸਵਾਮੀਨਾਥਨ ਨੂੰ ਜਵਾਬ ਦੇਣਾ ਹੀ ਪਊ। ਹੁਣ ਅਸੀਂ ਪ੍ਰੋਡਕਟਿਵਿਟੀ ਤਾਂ ਬਹੁਤ ਵਧਾ ਤੀ, ਪਰ ਜਿਹੜੀ ਜ਼ਮੀਨ ਦੀ ਜਾਨ ਖਿੱਚ ਲਈ, ਉਹਦਾ ਸਾਹ ਸੱਤ ਖਿੱਚ ਲਿਆ, ਔਰ ਜਿਹੜੇ ਕਿਸਾਨਾਂ ਦੇ ਖਰਚੇ 4-4, 5-5 ਗੁਣਾ ਹੋ ਗਏ, ਉਹ ਹੁਣ ਕਰਜ਼ੇ ਚੜ੍ਹ ਗਏ, ਕਰਜ਼ੇ ਚੜ੍ਹੇ ਤੇ ਉਹ ਚਲੇ ਆਤਮ ਹੱਤਿਆ ਵੱਲ। ਇਹ ਸਾਰੇ ਜਿਹੜੇ ਤੁਸੀਂ ਇਹ ਕਹਿਣਾ ਤਾਂ ਸੌਖਾ ਕਿ ਪ੍ਰੋਡਕਟਿਵ ਵਧਾਓ ਕਿਉਂਕਿ ਚੀਨ ਦੀ ਬੜੀ ਆ, ਕਿਉਂਕਿ ਅਮਰੀਕਾ ਦੀ ਬੜੀ, ਅਮਰੀਕਾ ਦਾ ਫਾਰਮ 10,000 acre ਦਾ ਫਾਰਮ ਹੋਣਾ ਨੋਰਮਲ ਆ, ਇਹਦੇ 10 acre ਦਾ ਵੀ ਹੈ ਨਹੀਂ। ਤੁਸੀਂ ਉੱਥੇ ਦੀਆਂ ਰੈਕਮੈਂਡੇਸ਼ਨਾਂ, ਚੀਨ ਦਾ ਸਿਸਟਮ ਲੱਗ ਗਿਆ, ਸਾਡਾ ਸਿਸਟਮ ਲੱਗ, ਉੱਥੇ ਇਹ ਐਂ ਆ ਵੀ ਕਿਤੇ ਦੀ ਗੱਲ ਕਿਤੇ ਜਾ ਕੇ ਢਾਕੇ ਦੀ ਬੰਗਾਲੇ ਲਾ ਦੇਣੀ, ਹਾਂ ਉਹਦੇ ਕਰਕੇ ਮੈਨੂੰ ਲੱਗਦਾ ਥੋੜ੍ਹਾ ਜਿਹਾ ਜਿਸ ਤਰ੍ਹਾਂ ਐਂ ਆ ਕਿ ਐਲੀਟਿਸਟ ਜਿਸ ਤਰ੍ਹਾਂ ਹੁੰਦਾ ਕਿ ਆਇਵਰੀ ਟਾਵਰ ਟਾਈਪ ਗੱਲਾਂ ਜਿਹੜੀਆਂ ਕਰਨੀਆਂ, ਉਹ ਥੋੜ੍ਹਾ ਜਿਹਾ ਮੁਸ਼ਕਲ ਲੱਗਦੀਆਂ। ਇਹ ਰੈਕਮੈਂਡੇਸ਼ਨਾਂ ਨੂੰ ਲਾਗੂ ਕਰਨਾ, ਧਰਤੀ ਦੇ ਉੱਤੇ ਉਤਾਰਨਾ ਥੋੜ੍ਹਾ ਮੁਸ਼ਕਲ ਆ। ਫਿਰ ਉਹਨਾਂ ਨੇ ਇਹ ਗੱਲ ਕਹੀ ਕਿ ਕ੍ਰੈਡਿਟ ਅਤੇ ਇੰਸ਼ੋਰੈਂਸ, ਉਹ ਗੱਲ ਮੈਨੂੰ ਥੋੜ੍ਹੀ ਚੰਗੀ ਲੱਗੀ ਹੈ ਕਿ ਕ੍ਰੈਡਿਟ ਜਿਹੜਾ ਮਿਲਣਾ ਚਾਹੀਦਾ, ਪਰ ਇਹ ਨਹੀਂ ਕਿ ਜਿਵੇਂ 2004 ਦੇ ਵਿੱਚ ਮਨਮੋਹਨ ਸਿੰਘ ਦੀ ਗੌਰਮੈਂਟ ਨੇ ਉਦੋਂ ਇਹ ਕਹਿ ਦਿੱਤਾ ਸੀਗਾ ਕਿ ਛੇਤੀ ਦਾ ਨਹੀਂ ਡਬਲ ਕ੍ਰੈਡਿਟ ਕਰ ਦਿਓ, ਔਰ ਕਈਆਂ ਨੇ ਤਾਂ ਜਿਹੜਾ 3 ਸਾਲਾਂ 'ਚ ਪੂਰੇ ਕਰਨੇ ਸੀ, 7 ਤੱਕ 6 ਚ ਹੀ ਆਪਣੇ ਟਾਰਗੇਟ ਕਰਦੇ, ਤੂੰ ਵੀ ਚੁੱਕ ਲੋਨ। ਉਹਨੂੰ ਇਹ ਵੀ ਨਹੀਂ ਵੇਖਿਆ ਕਿ ਇਹਨੂੰ ਲੋਨ ਦੀ ਲੋੜ ਕਿ ਨਹੀਂ, ਵਾਜਾਂ ਮਾਰ ਕੇ, ਕਿਉਂਕਿ ਕੋਟੇ ਪੂਰੇ ਕਰਨ, ਬੈਂਕਾਂ ਨੇ ਕੋਟੇ, ਉਹ ਕੰਮ ਬਹੁਤ ਮਾੜਾ ਸੀ। ਉਸੇ ਕੰਮ ਨੇ ਪੰਜਾਬ ਦੀ ਕਿਸਾਨੀ ਨੂੰ ਤਬਾਹੀ ਵੱਲ ਲੈ ਕੇ ਗਏ। ਜਿੰਨੀ ਜਿਹਨੂੰ ਲੋੜ ਹੈ ਉਹਨਾਂ ਉਹਨੂੰ ਦਿਓ ਨਾ, ਤੁਸੀਂ ਲਿਮਟਾਂ 1 acre ਦੇ ਉੱਤੇ 3 ਲੱਖ ਦਾ ਕਰਜ਼ਾ ਲੈ ਲਾ ਕਿਉਂਕਿ ਮਨਮੋਹਨ ਸਿੰਘ ਨੂੰ ਖੁਸ਼ ਕਰਨਾ, ਇਹ ਕੋਈ ਗੱਲਾਂ ਨਹੀਂ ਹੈਗੀਆਂ। ਉਹਨੂੰ ਇਹ ਪਤਾ ਹੀ, ਉਹਨਾਂ ਨੂੰ ਬੈਂਕ ਨੂੰ ਇਹ ਅਕਲ ਹੋਣੀ ਚਾਹੀਦੀ ਵੀ 3 ਲੱਖ 1 acre 'ਚੋਂ ਮੋੜੂ ਕਿਵੇਂ ਜੀ, ਨਹੀਂ ਮੁੜਦਾ। ਇਸ ਕਰਕੇ ਉਹ ਜਿਹੜਾ ਸੀ ਬੜੀ ਮਿਸ ਕੈਲਕੂਲੇਸ਼ਨ ਕਰਕੇ, ਜੇ ਅੱਜ 90,000 crore ਦਾ ਖਰਚਾ ਪੰਜਾਬ ਦੇ ਕਿਸਾਨਾਂ 'ਤੇ ਖੜ੍ਹਾ ਸਿਰ 'ਤੇ, ਜਿਹਦੇ 'ਚੋਂ 20% ਆੜ੍ਹਤੀਆਂ ਦਾ ਵੀ ਹੈਗਾ, ਤਾਂ ਉਹਦਾ ਕਾਰਨ ਜਿਹੜਾ ਮੁੱਖ ਆ ਇਸ ਪੋਲਿਸੀ ਨੂੰ, ਕ੍ਰੈਡਿਟ ਹੋਣਾ ਚਾਹੀਦਾ। ਪਰ ਉਹਨਾਂ ਨੇ ਜਿਹੜੀ ਚੰਗੀ ਗੱਲ ਕਹੀ ਹੈ ਕ੍ਰੈਡਿਟ ਦੀ ਕਿ ਸਸਤਾ 4% 'ਤੇ, ਇਸ ਵੇਲੇ ਜਿਹੜੇ ਸਾਡੇ ਆੜ੍ਹਤੀਏ ਆ ਉਹ ਪਹਿਲਾਂ 18% 'ਤੇ ਦਿੰਦੇ ਸੀ, ਦੱਗਾ ਲੱਗੇ ਦਾ ਉਹ 30% ਵੀ ਲੈਂਦੇ ਸੀ ਕਈਆਂ ਕੋਲ ਜਿਹੜੇ ਫਸੇ ਹੋਏ ਹੋਣ, ਤੇ ਪਰ ਹਾਂ ਹੁਣ ਉਹ ਬੜੇ ਆਪਣੀ ਡੀਂਗ ਮਾਰ ਰਹੇ ਆ, ਕਹਿੰਦੇ ਵੀ ਨਹੀਂ ਅਸੀਂ ਤਾਂ ਜਿਹੜੇ ਕਰਜ਼ੇ ਬੜੇ ਸਸਤੇ ਦੇ ਰਹੇ ਹਾਂ, 12% 'ਤੇ ਦੇ ਰਹੇ ਹਾਂ, 18 ਤੋਂ ਅਸੀਂ ਘਟਾ ਕੇ ਅਮਰਿੰਦਰ ਸਿੰਘ ਉਹਨਾਂ ਦੇ ਕਹਿਣ 'ਤੇ ਅਸੀਂ ਕਰਤਾ ਵੀ ਘਟਾਏ ਆ, ਪਰ ਅਜੇ ਵੀ ਮੈਨੂੰ ਲੱਗਦਾ ਕਿ ਇਹ ਬਹੁਤ ਜ਼ਿਆਦਾ ਆ। ਉਹਨਾਂ ਨੂੰ ਤਾਂ ਆਲਮੋਸਟ ਫ੍ਰੀ ਵਾਂਗੂ ਲੋਨ ਮਿਲਣਾ ਚਾਹੀਦਾ, ਬਟ ਇਹਨਾਂ ਦੀ ਰੈਕਮੈਂਡੇਸ਼ਨ 'ਚ ਆ ਕਿ 4% ਦੇ ਵਿਆਜ ਦੇ ਉੱਤੇ ਜਿਹੜਾ, ਉਹਦੇ 'ਚੋਂ ਵੀ ਜੇ ਉਹ ਵੇਲੇ ਸਿਰ ਪੇਮੈਂਟ ਕਰ ਦੇਣ ਤਾਂ ਉਹ ਉਹਨਾਂ ਨੂੰ ਮਾਫ਼ੀ ਹੋ ਜਾਣੀ ਚਾਹੀਦੀ 4% ਦੀ, ਜੇ ਉਹ ਡਿਫੋਲਟਰ ਨਾ ਹੋਣ। ਇਸ ਕਿਸਮ ਦਾ ਮੈਨੂੰ ਵਧੀਆ ਲੱਗਾ, ਅਤੇ ਫੂਡ ਜਿਹੜਾ ਸਿਕਿਉਰਿਟੀ ਦਾ ਵੀ ਉਹਨਾਂ ਦੇ ਵਿੱਚ ਜਿਹੜੀਆਂ ਰੈਕਮੈਂਡੇਸ਼ਨ, ਇਹ ਚੰਗੀਆਂ ਗੱਲਾਂ। ਸਾਡਾ ਮੇਰਾ ਖਿਆਲ ਹੈ ਕਿ ਰਾਈਟ ਟੂ ਫੂਡ ਐਕਟ ਜਿਹੜਾ, ਫਿਰ ਇਸੇ ਤਰ੍ਹਾਂ ਪਿੱਛੇ ਜਿਹੜੇ ਚੰਗੇ ਮਨਮੋਹਨ ਸਿੰਘ ਉਹਨਾਂ ਨੇ ਵੀ ਬਣਾਏ ਸੀ, ਸੂਚਨਾ ਦੇ ਅਧਿਕਾਰ ਦਾ ਐਕਟ ਬਣਿਆ, ਕੰਮ ਦੇ ਅਧਿਕਾਰ ਦਾ ਐਕਟ ਬਣਿਆ, ਐਜੂਕੇਸ਼ਨ ਦੇ ਹੱਕ ਦਾ ਬਣਿਆ, ਰਾਈਟ ਟੂ ਵਰਕ ਦਾ ਜਿਹੜਾ ਮਨਰੇਗਾ ਦੇ ਤਹਿਤ ਇਹ ਬਣਿਆ ਸਾਰਾ, ਇਹ ਚੰਗੇ ਕਾਨੂੰਨ ਆਏ ਸੀ। ਮੇਰਾ ਖਿਆਲ ਪਹਿਲੀ ਵਾਰੀ ਇਹ ਰਾਈਟ, ਤੁਹਾਡਾ ਰਾਈਟ ਆ, ਤੁਹਾਨੂੰ ਉਹ ਦੇਣਾ ਪਊ ਉਹਨਾਂ ਨੂੰ। ਇਹ ਨਹੀਂ ਕਿ ਜੇ ਉਹਨਾਂ ਕੋਲ ਕੰਮ ਹੈ ਤਾਂ ਦੇਣਗੇ, ਨਾ ਉਹਨਾਂ ਕੋਲ ਤੁਹਾਡਾ ਅਧਿਕਾਰ ਆ, ਜੇ ਉਹ ਨਹੀਂ ਦੇਣਗੇ ਤਾਂ ਤੁਹਾਨੂੰ ਉਹਦੇ ਪੈਸੇ ਫਿਰ ਵੀ ਦੇਣੇ ਪੈਣਗੇ ਜਦੋਂ ਤੁਸੀਂ ਜੋਬ ਕੱਢੇ, ਇਹ ਅਲੱਗ ਗੱਲ। ਇਸ ਕਿਸਮ ਦੀਆਂ ਰਿਕਮੈਂਡੇਸ਼ਨਾਂ ਦੇ ਵਿੱਚ ਇਹ ਵੀ ਜਿਹੜਾ ਫੂਡ ਦੀ ਸਿਕਿਉਰਿਟੀ ਦਾ ਮੇਰਾ ਖਿਆਲ ਬੜਾ, ਔਰ ਉਹਨਾਂ ਨੇ ਚੰਗੀ ਰਿਕਮੈਂਡੇਸ਼ਨ ਇਹ ਦਿੱਤੀ ਕਿ ਦੇਸ਼ ਦੀ ਜਿੰਨੀ ਗਰੋਸ ਡੋਮੈਸਟਿਕ ਪ੍ਰੋਡਕਸ਼ਨ, ਜਿਹਦਾ ਮਤਲਬ ਘਰੇਲੂ ਜਿੰਨਾ ਕੁੱਲ
कुल उत्पादन हैगा जिन्ना भी साढ़े देश के अंदर अर्थव्यवस्था का उदा 1% फूड सिक्योरिटी लिए रखना चाहिए। ये बहुत जरूरी है। तुहानू पता कि बंगाल दे विच ग्रेट फेमिन जिहड़ा 1942 वाला पिया सी, किवें मावां ते पुत जिहड़े एक दूजे नूं मतलब बहुत ही वह दुखदाई सीगा, ये अमर्त्या सेन ने बड़े चंगे तरीके नाल उहदे बारे सारा लिखिया। पर आपां नूं इत्थे ये समझना चाहिए कि फूड सिक्योरिटी का उन्होंने कहा कि पब्लिक डिस्ट्रीब्यूशन सिस्टम जिहड़ा साडा उहनूं होर मजबूत करन दी लोड़ हैगी है, बिल्कुल उहदी लोड़ हैगी है। और उहदे लई GDP का 1% हिस्सा इसे काम लिए रखना चाहिए, जिहड़ा काफ़ी मेरे मुताबिक जे करंट प्राइसिस ते लाइए, मैं राती देख रहा सी कि GDP साडी है कि नहीं, 190 लाख करोड़ रुपये दे करीब करीब हैगी है। इहदा मतलब है कि जे 1% रखणगे ते 2 लाख तो थोड़ा थले करोड़ जिहड़ा रुपया वह बन जाता है ना, 1.9 लाख करोड़ रुपया जिहड़ा बन जाता। इन्ना रुपये का जे पब्लिक दे विच सस्ता खाना उन्होंने फूड सिक्योरिटी हो जाए तो यह मैनू एक चंगी रेकमेंडेशन भी लगी है। पर बार बार सवाल उस उठते हैं जी, चेहरा फेरी है जी, आ हों हिंदुस्तान का जरा लगातार ये चली राजनीतिक लाहे वरत्या जाता है। और दूजी गल उन्होंने जी कही जी बिल्कुल पंचायतों की मनरेगा की ये दोवों की कि इंपलायमेंट जनरेट किवें की जाए, ये लैंड रिफॉर्म का भी भूमि सुधारण का एक कारण सी कि इंपलायमेंट ज़्यादा वधे। आपने पहला भी कर चुके हैं कि साढ़े पंजाब के रूरल एरिए नौजवान खास करके 17.5% बेरोजगारी हैगी है, अर्बन एरिए 16% नौजवानों की जेडे 18 to 28-29 साल तक के है, उन्होंने बड़ी जी जी हरियाणे नालों भी बहुत ज़्यादा तो बाकी देश नालों भी काफ़ी ज़्यादा है जी। इस करके जी बेरोजगारी जिदे करके धक्का लग रहा यूथ साडा इतों भज्जिया जा रहा, इस दियां भी उन्होंने रेकमेंडेशन एक तो यही है कि तुसी सीधा सीधा जो भी आउंदा खेती तो ताडे हाथ वस लगता तुसी उह सीधा टमैटो पोटैटो आ जां होर वैजीटेबल सारा सीधा एज ए टेबल फूड जिहड़ा उहनूं वेचदे ने, इस तरह ना करो, इहदी वैल्यू एडिशन होवे। वैल्यू एडिशन का मतलब फूड प्रोसैसिंग जिहड़े प्लांट लगन ते उहदे नाल की होगा कि जिहड़ी चीज़ तुहाडी सीधी 10 रुपये की विकदी है वह 30 की विकूगी तो उहदे च तुहानूं काफ़ी फायदा होगा। इस किस्म दियां रेकमेंडेशन उन्हां दियां भी हैगियां। दूजा पंचायतां दा रोल उन्होंने कहा कि अहम होना चाहिए एग्रीकल्चर, ये चंगी गल है कि साडियां जिहड़ियां पंचायतां आ जदों राजीव गांधी ने नवा एक्ट लैके आए से 1992 वाला उहदे विच पंजाब दे विच भी वह एक्ट बनिया तो पंचायती राज उहदे तो उन्होंने काफ़ी अधिकार दिते। जिहड़ा कॉन्स्टिट्यूशन का 11वां शड्यूल है उहदे च 29 डिपार्टमेंटा की लिस्ट आ, जिवें 29 मिनिस्ट्रियां होण जाने की उत्थे डंगर वच्छा तो लैके साफ सफाई तो लैके जिहड़ियां सांझियां जमीनां उन्होंने किवें वरतना उहदे तो हर किस्म दियां गलियां नालियां पौंड पक्के प्लैनिंग सारी कोई चीज़ 29 डिपार्टमेंट बहुत होंगे। तुसी नेम एनी वन फॉरेस्ट सारिया चीज़ों की जमीन में सुधार किवें करना वह भी सारा हर चीज़ वो सारे दे सारे 29 महकमे पंचायतों को, पर उहदा कोई इस्तेमाल नहीं हुंदा क्योंकि पंचायतों के कब्जा साडियां राजनीतिक पार्टियां का हो गया। वो अपने किस्म के जिहड़े अपने धड़े के बंदे आ लुटदे भी आ पंचायतां जबरदस्ती धक्के नाल अपने सरपंच बणाउंदे, जिहड़े विरोधी दे बण भी जाण उहदे कोल रातों रात सौं चुका लैंदे कि तू साडे नाल आ। बिल्कुल कि जिहड़े पंचायतां दे हत्थां विच हुंदा कि तुसीं पिंडां नूं किवें सुधार सकदे हो किवें बचा सकदे हो, उही इदां दी हरकतां करदे ने। ए बिल्कुल, इस करके पहलां ते इह जिहड़ी बेसिक कड़ी आ जिहड़ी इह वी उहनां ने रेकमेंडेशनां दित्तियां कि पंचायतां दी शमूलियत जिहड़ी आ रूरल डिवेलपमेंट खेती विकास लई इह बड़ी जरूरी आ, पेंडू विकास लई बड़ी जरूरी है, उसनों समझ के तो उन्होंने ज़्यादा होनी चाहिए। खासकर मनरेगा च हूँ मनरेगा का की दुकान है, राइट टू वर्क तो हैगा, पहला तो मिलता ही 100 दिन है काम, ये 100 दिन का ही एक्ट के मुताबिक रेकमेंडेशन भी, बाकी जेडे 265 दिन है उन्होंने की करना, उदा भी कोई सोचो ना भी जे वो गरीब आ पंजाब दे विच जेडे साढ़े 35% 36% रूरल एरिए दे विच 32 तो ओवरऑल हैगे आ दलित, जे रूरल एरिए चलाइए तो वह 36% तो उपर होणगे जी। इस करके जेडे पेंडू इन्नी वड्डी जनसंख्या जनता जनार्दन हैगी आ उसका तो कोई भविख ही नहीं, कुछ तो मशीन काम खा गई उन्होंने, जमीन उन्होंने को है ही नहीं, उन्होंने को तकरीबन 3-3.5% टोटल, ये 36% को 3-3.5% जमीन और ऑपरेशनल होल्डिंग उन्होंने मालकीयत नहीं है। और मैं वो लगता कि जिहड़ियां पंचायतों दी जमीन का तीजा हिस्सा जी कॉमन लैंड आ मिलता वो ही होगा, वह भी ये भी उन्होंने को ओनरशिप नहीं, मतलब आलमोस्ट जेडे पंजाब के दलित भाईचारा साडा वह जमीन जमीन विहूणे है, कोई उन्होंने को लैंडलैस है,
ਉਹਨਾਂ ਨੂੰ ਜੇ ਕੰਮ ਨਾ ਮਿਲੂ ਤੇ ਕਿਵੇਂ ਆਪਣਾ ਉਹਨਾਂ ਦਾ ਜੀਵਨ ਨਿਰਭਰ ਹੋ ਰਿਹਾ? ਉਹ ਵੀ ਤੁਹਾਡੇ ਪੇਂਡੂ ਵਿਕਾਸ ਦਾ ਹਿੱਸਾ ਹੋਣਾ, ਵਿਕਾਸ ਦੇ ਹਿੱਸੇ ਦੇ ਇੱਕ ਸਾਂਝੀਦਾਰ ਹੋਣੇ ਚਾਹੀਦੇ। ਇਸ ਕਰਕੇ ਉਹਨਾਂ ਲਈ ਇੱਕ ਮਨਰੇਗਾ ਲੈ ਕੇ ਆਏ ਸੀ, ਪਰ ਮਨਰੇਗਾ ਦੇ ਦੇਖੋ ਕਿੱਡੀ ਇਹ ਸਰਕਾਰਾਂ ਦੀ ਵੀ ਥਿੱਕ ਸਕਿੰਡ ਹੈ, ਮੋਟੀ ਚਮੜੀ ਹੈ, ਔਰ ਮੈਂ ਕਹਿੰਦਾ ਕਰੂਵੇਲ ਹੈ ਆਪਣੇ ਗਰੀਬਾਂ ਪ੍ਰਤੀ। ਬਹੁਤ ਹੀ ਸਾਡੀਆਂ ਸਰਕਾਰਾਂ ਇੱਕ ਕਿਸਮ ਦੇ ਗਰੀਬ ਨੂੰ ਤਾਂ ਇੰਝ ਸਮਝਦੇ ਜਿਵੇਂ ਉਹਨਾਂ ਦੇ ਸਲੇਵ ਰੱਖੇ ਹੋਣ, ਗੁਲਾਮ ਹੋਣ। ਆਹ ਬਿਹਾਰ ਦੇ ਬੱਚੇ ਐਨਸੈਫਲਾਈਟਿਸ ਨਾਲ ਮਰ ਰਹੇ ਆ, ਉਹ ਕਿਸ ਕਰਕੇ ਮਾੜੇ? ਇਸ ਕਰਕੇ ਨਹੀਂ ਕਿ ਉਹਨਾਂ ਬੱਚਿਆਂ ਨੂੰ ਮੁਜ਼ੱਫਰਪੁਰ ਦੇ ਵਿੱਚ ਹੀ ਜ਼ਿਆਦਾ ਬੁਖਾਰ ਹੋ ਰਿਹਾ, ਇਹ ਨਹੀਂ, ਗਰੀਬੀ ਕਰਕੇ। ਉਹਨਾਂ ਦਾ ਇੱਕੋ ਹੀ ਕਾਰਨ ਹੈ ਕਿ ਜਿਹੜੇ ਜ਼ਿਆਦਾ ਗਰੀਬ ਜਿਹੜੇ ਬੱਚੇ ਆਪਣਾ ਕੁਪੋਸ਼ਣ ਦੇ ਬੜੇ ਭਾਰੀ ਸ਼ਿਕਾਰ, ਉਹਨਾਂ ਨੂੰ ਉਹ ਬਿਮਾਰੀ, ਉਹਨਾਂ ਦਾ ਖਾਣਾ ਪੀਣਾ ਪ੍ਰੋਪਰ ਨਹੀਂ ਹੋ ਰਿਹਾ, ਹਾਂ, ਉਹਨਾਂ ਨੂੰ ਬਿਮਾਰੀ ਫੜ ਲੈਂਦੀ। ਇਹੀ ਕਾਰਨ ਹੈ ਕਿ ਮਨਰੇਗਾ ਦੇ ਵਿੱਚ ਵੀ ਤੁਸੀਂ ਨਾ ਦੇ ਪੂਰੀ ਦਿਹਾੜੀ ਦਿੰਦੇ। ਤੁਹਾਨੂੰ ਪਤਾ ਪੰਜਾਬ ਦੀ ਦਿਹਾੜੀ ਕੀ ਹੈ? 241 ਰੁਪਏ, ਜਦਕਿ ਸਾਡੀ ਸਰਕਾਰੀ ਮਿਨੀਮਮ ਨਿਊਨਤਮ ਦਿਹਾੜੀ ਜਿਹੜੀ ਆ ਉਹ 300 ਰੁਪਏ ਤੋਂ ਉੱਪਰ ਆ। ਤੁਸੀਂ ਇੱਕ ਪਾਸੇ ਪੰਜਾਬ ਦੀ ਸਰਕਾਰ ਲੇਬਰ ਡਿਪਾਰਟਮੈਂਟ 300 ਤੋਂ ਉੱਪਰ ਦਿਹਾੜੀ ਨਿਯਮਤ ਕਰਦਾ, ਔਰ ਮਨਰੇਗਾ ਤਹਿਤ ਜਿਹੜਾ ਸੈਂਟਰ ਦੀ ਸਕੀਮ ਹੈਗੀ ਆ ਉਹ 'ਚ ਤੁਹਾਨੂੰ 241, ਇਹ ਤਾਂ ਧੱਕਾ ਆ ਬਿਲਕੁਲ ਸਰਾਸਰ ਜੀ। ਪਹਿਲਾਂ ਹੀ ਜਿਹੜੇ 300 ਆ ਉਹ ਨਿਊਨਤਮ ਆ, ਵੀ ਇਹਦੇ ਥੱਲੇ ਦੇਣਾ ਕ੍ਰਾਈਮ ਆ, ਵੀ ਉਹ ਬੰਦੇ ਬਚਣਗੇ, ਉਹ ਪਹਿਲਾਂ ਹੀ ਉਹਦੇ ਨਾਲ ਵੀ 300 ਦੇ ਨਾਲ ਬਚਦਾ ਨਹੀਂ ਦਿਹਾੜੀ, ਉਹ ਦਿਹਾੜੀ ਵੀ ਤੁਸੀਂ 100 ਰੁਪਇਆ ਦੇਣੀ ਆ, ਔਰ ਫਿਰ ਉਹ ਦੇਣੀ ਨਹੀਂ। ਔਰ ਅੱਧੇ ਲੋਕਾਂ ਦੀ ਪੰਚਾਇਤਾਂ ਇਹੋ ਜਿਹਾ ਕਬਜ਼ਾ ਕੀਤਾ ਸਾਡੇ ਰਾਜਨੀਤਿਕ ਲੋਕਾਂ ਨੇ, ਆਹ ਹੁਣ ਜੂਨ ਤੋਂ ਬਾਅਦ ਜੁਲਾਈ ਅਗਸਤ ਦੇ ਅੰਦਰ ਅੰਦਰ ਪੰਚਾਇਤਾਂ ਨੇ ਆਪਣੀ ਸਾਰੀ ਪੰਚਾਇਤ ਦੇ ਪਿੰਡ ਦੀ ਜਿਹਨੂੰ ਗ੍ਰਾਮ ਸਭਾ ਕਹਿੰਦੇ ਬੁਲਾ ਕੇ ਰੈਜੋਲਿਊਸ਼ਨ ਪਾਉਣਾ ਹੁੰਦਾ ਕਿ ਸਾਡੇ ਕੋਲ ਇੰਨੇ ਜੋਬ ਕਾਰਡ ਆ, ਇੰਨੇ ਸਾਡੇ ਬੰਦੇ ਜਿਹੜੇ ਜੋਬ ਚਾਹੁੰਦੇ ਆ, ਇੰਨਾ ਸਾਨੂੰ ਜਿਹੜਾ ਵਰਕ ਆ, ਇੰਨਾ ਸਾਡਾ ਬਜਟ ਬਣਦਾ, ਬਜਟ ਬਣਾ ਕੇ ਭੇਜਣਾ ਹੁੰਦਾ, ਕੁਛ ਨਹੀਂ ਕੰਮ ਜੀ, ਉਹ ਬਜਟ ਹੀ ਨਹੀਂ ਬਣਾ ਕੇ ਭੇਜਦੇ ਅੱਧੇ ਲੋਕ। ਫਿਰ ਜਿਹੜੇ ਜਿਹਨਾਂ ਨੂੰ ਬਜਟ ਬਣ ਕੇ ਆ ਜਾਂਦਾ ਉਹਨਾਂ ਦਾ ਖਰਚਾ ਨਹੀਂ ਪੂਰੀ ਤਰ੍ਹਾਂ ਕੀਤਾ ਜਾਂਦਾ, ਕਈਆਂ ਨੂੰ ਕੰਮ ਮਿਲਦਾ ਨਹੀਂ, ਜਿਹੜੇ ਕੰਮ ਕੀਤਾ ਉਹਨਾਂ ਦੇ 'ਚ ਇੰਨੀ ਗੜਬੜ ਕਰਦੇ ਆ ਕਿ ਤਨਖਾਹਾਂ ਨਹੀਂ ਦਿੰਦੇ, ਆਲਰੇਡੀ ਵਿਗੜੀ ਹੋਈ ਹਾਲਾਤ ਨੂੰ ਹੋਰ ਵਿਗਾੜਦੇ ਜਾ ਰਹੇ। ਇਸ ਕਰਕੇ ਜੇ ਗਰੀਬ ਨੂੰ ਲਤਾੜੋਗੇ ਉਹ ਹਮੇਸ਼ਾ ਤੇ ਲਤਾੜਿਆ ਨਹੀਂ ਰਹੂਗਾ, ਕਿੱਥੇ ਗਈ ਗੁਲਾਮਦਾਰੀ? ਹੁਣ ਗੁਲਾਮ ਐਥਨਸ ਨੇ ਜਿਹੜੇ ਆ ਗ੍ਰੀਕ ਵਾਲਿਆਂ ਨੇ ਉਹ ਪਲੈਟੋ ਵਰਗੇ ਵੀ ਬੰਦੇ ਕਹਿੰਦੇ ਸੀ, ਨਹੀਂ 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 ਅਸੀਂ ਅਲੱਗ ਹੈਗੇ ਹਾਂ, ਅਸੀਂ ਤੇ ਵੱਡੇ ਘਰਾਂ ਵਾਲੇ ਬੰਦੇ ਹਾਂ, ਇਹ ਜਿਹੜੇ ਸਾਡੇ ਘਰਾਂ 'ਚ ਵੀ ਸਲੇਬ ਦੇ ਤੌਰ 'ਤੇ ਗੁਲਾਮਾਂ ਦੇ ਤੌਰ 'ਤੇ ਕੰਮ ਕਰਨ, ਔਰ ਬਾਹਰ ਵੀ ਖੇਤਾਂ 'ਚ ਗੁਲਾਮਾਂ ਦੇ ਤੌਰ 'ਤੇ, ਔਰ ਅਸੀਂ ਇਹਨਾਂ ਲਈ ਸੋਚਾਂਗੇ, ਅਸੀਂ ਦੁਨੀਆ ਲਈ ਸੋਚਾਂਗੇ। ਇਹੋ ਜਿਹੀ ਡੈਮੋਕ੍ਰੇਸੀ ਦਾ ਰਿਪਬਲਿਕ ਦਾ ਉਹਨਾਂ ਦਾ ਉਦੋਂ ਕਾਨਸੈਪਟ ਸੀ, ਅੱਜ ਦੀ ਦੁਨੀਆ ਦੇ ਵਿੱਚ ਉਹ ਚਲਾਉਣਾ ਚਾਹੁੰਦੇ ਹਾਂ, ਇਹ ਨਹੀਂ ਚੱਲੂਗਾ। ਇਹਦੇ ਬਾਰੇ ਵੀ ਮਨਰੇਗਾ ਬਾਰੇ ਉਹਨਾਂ ਦੀਆਂ ਰਿਕਮੈਂਡੇਸ਼ਨਾਂ ਆ ਕਿ ਇਸਦਾ ਵਧਾਉਣਾ ਵੀ ਚਾਹੀਦਾ ਹੈਗਾ, ਔਰ ਇਸ ਨੂੰ ਪ੍ਰੋਪਰਲੀ ਲਾਗੂ ਕਰਨਾ ਚਾਹੀਦਾ। ਪੰਚਾਇਤਾਂ ਦੀ ਜਿਹੜੀ ਅਹਿਮ ਭੂਮਿਕਾ ਆ ਉਹ ਉਹਨਾਂ ਨੂੰ ਆਪਣੇ ਤੌਰ 'ਤੇ ਨਿਭਾਉਣੀ ਚਾਹੀਦੀ ਹੈਗੀ ਆ। ਇੱਕ ਹੈਗਾ ਆ ਕਿ ਫਿਰ ਲਾਸਟ ਵਿੱਚ ਜਿਹੜੀ ਬੜੀ ਇੰਪੋਰਟੈਂਟ ਗੱਲ ਆ ਕਿ ਇਹਨਾਂ ਹਾਲਾਤਾਂ 'ਚ ਕਿਸਾਨਾਂ ਦੇ ਜਿਹੜੇ ਸੂਇਸਾਈਡ ਹੋ ਰਹੇ ਆ ਉਹ ਕਿਵੇਂ ਹਟਾਏ ਜਾਣ, ਔਰ ਇਹ ਲਾਸਟ ਵਿੱਚ ਰਿਕਮੈਂਡੇਸ਼ਨ ਉਹਨਾਂ ਦੀ ਇੱਥੇ ਆ ਕੇ ਹੈ ਕਿ ਉਹਨਾਂ ਨੂੰ ਉਹਨਾਂ ਦੀ ਲੱਗੀ ਲਾਗਤ ਦਾ 50% ਉੱਪਰ, ਯਾਨੀ 1.5 ਗੁਣਾ ਜਿੰਨੀ ਉਹਨਾਂ ਦੀ ਲਾਗਤ ਉਹਦਾ 1.5 ਗੁਣਾ ਉਹਨਾਂ ਨੂੰ ਮੁਆਵਜ਼ਾ ਜਿਹੜਾ ਉਹਨਾਂ ਦੀ ਫਸਲਾਂ ਦੀ ਕੀਮਤ ਜਿਹੜੀ ਆ ਮਿਲਣੀ ਚਾਹੀਦੀ ਹੈ। ਔਰ ਨਾਲ ਉਹਨਾਂ ਨੇ ਬੜੀ ਚੰਗੀ ਰਿਕਮੈਂਡੇਸ਼ਨ ਕੀਤੀ ਕਿ ਕਿਸਾਨਾਂ ਨੂੰ ਤੁਸੀਂ ਜਿਹੜੇ ਸਿਵਲ ਸਰਵੈਂਟਸ ਅਸੀਂ ਰੱਖੇ ਆ ਉਹਨਾਂ ਦੇ ਨਾਲ ਜੋੜ ਕੇ ਉਹਨਾਂ ਦੀ ਪੈਰਿਟੀ ਹੋਣੀ ਚਾਹੀਦੀ। ਇਹ ਨਾ ਹੋਵੇ ਕਿ ਕਿਸਾਨਾਂ ਦੀ ਜਿਹੜੀ ਆਮਦਨ ਆ ਉਹ ਤਾਂ ਪਿਛਲੇ 69-70 ਤੋਂ ਲੈ ਕੇ ਹੁਣ ਤੱਕ 30-31 ਟਾਈਮ ਵਧੀ ਹੋਵੇ, ਜਾਂ ਉਹਨਾਂ ਦੀਆਂ ਕੀਮਤਾਂ ਜਿਹੜੀਆਂ ਫਸਲਾਂ ਦੀਆਂ 30-31 ਟਾਈਮ ਵਧੀਆਂ ਹੋਣ, ਜਿਹੜੇ ਟੀਚਰ ਜਾਂ ਹੋਰ ਆ ਉਹਨਾਂ ਦੀਆਂ 200 ਤੋਂ 300 ਤੱਕ ਤਨਖਾਹਾਂ ਜਿਹੜੀਆਂ ਵੱਧ ਗਈਆਂ ਹੋਣ, ਇੰਨੀ ਵੱਡੇ ਛਲਾਵਾ ਲੱਗਾ। ਅਤੇ ਕੁਦਰਤੀ ਆ ਕਿ ਕਿਸ ਬੰਦਿਆਂ ਨੂੰ ਜਿਹੜਾ ਦੇਸ਼ ਦਾ ਧਨ ਦੌਲਤ ਆ ਵੱਡੇ ਪੱਧਰ 'ਤੇ ਵੱਡਾ ਮਘੋਰਾ ਖੋਲ੍ਹ ਕੇ ਤੁਸੀਂ ਉੱਧਰ ਨੂੰ ਧੱਕੀ ਜਾਂਦੇ ਆ, ਕਈਆਂ ਨੂੰ ਜਿਹੜਾ ਲਾਸਟ ਟੇਲ ਦੇ ਉੱਤੇ ਪਾਣੀ ਨਹੀਂ ਲੱਗਦਾ ਹੈ ਨਾ ਸੂਏ ਦਾ, ਅਤੇ ਉਹਨਾਂ ਨੂੰ ਡ੍ਰਿਪ ਦੇ ਨਾਲ ਹੀ ਤੁਸੀਂ ਪਹੁੰਚਾਉਂਦੇ ਆ, ਇਹ ਹਾਲਤ ਇਹ ਇੰਝ ਚੱਲੂਗਾ ਨਹੀਂ। ਇਸ ਇਹਦੇ ਵਿੱਚ ਸਾਂਝੀਵਾਲ ਉਹਨਾਂ ਦੇ ਇਹਦੀਆਂ ਰੈਕਮੈਂਡੇਸ਼ਨਾਂ ਕੀਤੀਆਂ ਕਿ ਇਹ ਕਿਸਾਨਾਂ ਦੀ ਜਿਹੜੀ ਆਮਦਨ, ਇਰੀਗੇਸ਼ਨ, ਹੋਰ ਲੰਬੀਆਂ ਲਿਸਟ ਆ, ਕਈ ਲੰਬੀਆਂ ਲਿਸਟ ਆ ਕਿ ਇਹ ਜਿਹੜੇ ਆਤਮ ਹੱਤਿਆ ਇਹ ਤਾਂ ਰੁਕਣੀਆਂ ਚਾਹੀਦੀਆਂ, ਔਰ ਇਹਦਾ ਰੋਕਣ ਲਈ ਇਹ ਜ਼ਰੂਰੀ ਹੈਗਾ ਆ ਕਿ ਅਸੀਂ ਕਿਸਾਨਾਂ ਦੀ ਸਿਹਤ ਜਿਹੜੀ ਉਹਨਾਂ ਦੀ ਆਪਣੀ ਸਿਹਤ, ਉਹਨਾਂ ਦੀਆਂ ਹੈਲਥ ਸੇਵਾਵਾਂ ਜਿਹੜੀਆਂ ਪਿੰਡਾਂ 'ਚ ਕਿਹੋ ਜਿਹੀਆਂ ਉਹਨੂੰ ਠੀਕ ਕੀਤਾ ਜਾਏ, ਐਜੂਕੇਸ਼ਨ ਵੀ ਕੀਤੀ ਜਾਏ, ਉਹਨਾਂ ਦੀ ਸੋਇਲ ਦੀ ਮਿੱਟੀ ਦੀ ਸਿਹਤ ਕਿਹੜੀ ਕਿਹੋ ਜਿਹੀ ਹੈ ਉਹ ਵੀ ਲਗਾਤਾਰ ਟੈਸਟ ਕੀਤੀ ਜਾਵੇ, ਜਿਹੜੀ ਪਹਿਲਾਂ ਗੱਲ ਕੀਤੀ ਸੀ ਕਿ ਮਿੱਟੀ ਪੰਜਾਬ ਦੀ ਬੜੀ ਬਿਮਾਰ ਆ। ਇਹ ਸਾਰੀਆਂ ਗੱਲਾਂ ਕਰਕੇ ਅਤੇ ਉਹਨਾਂ ਨੇ ਉਮੀਦ ਕੀਤੀ ਕਿ ਇਸ ਤਰੀਕੇ ਦੇ ਨਾਲ ਇਹ ਪੰਜਾਬ ਜਿਹੜਾ ਪੰਜਾਬ ਜਾਂ ਦੇਸ਼ ਦੀ ਖੇਤੀ ਜਿਹੜੀ ਬਚ ਸਕਦੀ, ਜਿਹਦੇ 'ਚ ਪੰਜਾਬ ਦੇ ਇੱਕ ਅਹਿਮ ਉਸ ਸਾਰੀਆਂ ਰੈਕਮੈਂਡੇਸ਼ਨਾਂ ਦਾ ਹਿੱਸਾ। ਪਰ ਮੈਨੂੰ ਇਹ ਲੱਗਦਾ ਆ
कि जिस हालात में असी फसे हैं, जिस तरह पानी की घाट, जमीन की बंजर होना, क्योंकि ज़्यादा असी बंजर का इन द सेंस के क्योंकि ज़्यादा वो असी दवाइया कीटनाशक उन्होंने असी बड़ा कमजोर करता, होर जिहड़े भी हालात खेती दे असी बनाए, करजियां दी हालात, लाहेवंद भार ना मिलने, अनपढ़ता होनी, पंजाब दे विच भी अजे भी किन्नी अनपढ़ता हैगी आ, चंगीयां होर सेवावां जिहड़ियां इनफ्रास्ट्रक्चर इहदे च सारियां रिकमेंडेशन आया वह ना होणियां, और सब तो वध समाज का जिहड़ा एक किसान नूं उहदे पिछे खलोंदा सी उहदी बरादरी, भाईचारा, वड्डा परिवार उहदा टुट जाणा, ते ਉਹ ਸਾਰਾ ਟੁੱਟ ਭੱਜ ਦੇ ਵਿੱਚੋਂ ਮੈਨੂੰ ਐਂ ਲੱਗਦਾ ਕਿ ਸਮਾਜ ਸਾਡਾ ਪੰਜਾਬ ਜਿਵੇਂ ਤੁਸੀਂ ਅੱਜ ਦੀ ਟੌਕ ਰੱਖੀ ਹੈ ਕਿ ਬੱਚੂ ਕੇ ਉਜੜੂ ਬਚਾਇਆ ਤਾਂ ਜਾ ਸਕਦਾ ਜੇ ਸਰਕਾਰਾਂ ਇਹਨਾਂ ਮਿਹਨਤ ਕਸ਼ ਲੋਕਾਂ ਦੀ ਪਿੱਠ 'ਤੇ ਆ ਕੇ ਖੜ੍ਹੇ ਹੋਣ, ਪਰ ਜੋ ਅੱਜ ਦੀ ਹਾਲਾਤ ਆ ਉਹ ਜਾੜੇ ਵੱਲ ਜ਼ਿਆਦਾ ਬਚਣ ਵੱਲ ਘੱਟ ਜੀ। ਤਾਂ ਸਰ ਇਸੇ ਦੇ ਨਾਲ ਹੁਣ ਵੇਲਾ ਹੋ ਗਿਆ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ। ਸੋ ਇਹ ਸੀਗਾ ਅੱਜ ਦਾ ਵਿਸ਼ਾ, ਹਰਾ ਪੰਜਾਬ ਬਚੇਗਾ ਜਾਂ ਉਜੜੇਗਾ, ਜਿਸ 'ਤੇ ਅਸੀਂ ਵਿਸਤਾਰ ਦੇ ਨਾਲ ਗੱਲਬਾਤ ਕੀਤੀ ਕਿ ਕਿਵੇਂ ਸਵਾਮੀਨਾਥਨ ਰਿਪੋਰਟ ਹੈ ਉਸਨੂੰ ਲਾਗੂ ਕੀਤਾ ਜਾਵੇ, ਕੀ ਕੁਝ ਰਿਕਮੈਂਡੇਸ਼ਨ ਉਸ ਦੇ ਵਿੱਚ ਕੀਤੀ ਜਾਣੀ ਚਾਹੀਦੀ ਹੈ ਅਤੇ ਕਿੰਨੇ ਸੁਧਾਰਾਂ ਦੀ ਹੋਰ ਲੋੜ ਹੈ। ਤਾਂ ਹੁਣ ਅਗਲੇ ਐਪੀਸੋਡ ਵਿੱਚ ਫਿਰ ਤੋਂ ਮੁਲਾਕਾਤ ਹੋਵੇਗੀ ਇੱਕ ਹੋਰ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।